ਸਤਿ ਸ਼੍ਰੀ ਅਕਾਲ ਵੈਲਕਮ ਟੂ ਯੂਰਪ ਵਾਲੇ ਵਲੌਗਸ ਅੱਜ ਅਸੀਂ ਆਪਣੇ ਜਿਸ ਜਗ੍ਹਾ ਤੇ ਰੁਕੇ ਸੀਗੇ ਰਾਤ ਨੂੰ ਸਾਗਰਸ ਤੋਂ ਬਾਅਦ ਇੱਥੇ ਆ ਕੇ ਤੇ ਇਹ ਹੈ ਜਗ੍ਹਾ ਦਾ ਨਾਮ ਅਬੂ ਫੇਰਾ ਤੇ ਇੱਥੇ ਅਸੀਂ ਅਪਾਰਟਮੈਂਟ ਲਿਆ ਸੀ ਹੁਣ ਅਸੀਂ ਇੱਥੋਂ ਚੱਲਣ ਲੱਗੇ ਹਾਂ ਤੁਹਾਡੇ ਨਾਲ ਆਪਾਂ ਟਾਊਨ ਘੁੰਮਾਂਗੇ ਪਹਿਲਾਂ ਸੋ ਉਸ ਤੋਂ ਪਹਿਲਾਂ ਆਹ ਜਿਹੜੇ ਨੇ ਇਹ ਅਪਾਰਟਮੈਂਟਸ ਨੇ ਇੱਥੇ ਰੈਂਟ ਕਰ ਸਕਦੇ ਹੋ ਤੁਸੀਂ ਡੇਲੀ ਬੇਸ ਤੇ ਜਿੱਦਾਂ ਹੋਟਲਸ ਹੁੰਦੇ ਨੇ ਸਾਡੇ ਵਾਲਾ ਅਪਾਰਟਮੈਂਟ ਆਹ ਵਾਲਾ ਅਬੂ ਫੇਰੇ ਦੇ ਵਿੱਚ ਅਸੀਂ ਸੈਰ ਕਰਦੇ ਕਰਦੇ ਪਹੁੰਚੇ ਹਾਂ ਬੀਚ 'ਤੇ ਅਸੀਂ ਆਏ ਸੀ ਇਸ ਸਾਈਡ ਤੋਂ ਐਂਡ ਇੱਥੋਂ ਵਨ ਵੇ ਆ ਇੱਧਰ ਨੂੰ ਜੇ ਤੁਸੀਂ ਬਾਈ ਕਾਰ ਆਉਂਦੇ ਹੋ ਸਾਹਮਣੇ ਪਾਰਕਿੰਗ ਆ ਇਹ ਮੇਨ ਏਰੀਆ ਅਬੂ ਫੇਰਾ ਦਾ ਬੀਚ ਦਾ ਜਿਸਨੇ ਅਲਗਾਰਵੇ ਆਉਣਾ ਹੈ ਪੁਰਤਗਾਲ ਦੇ ਵਿੱਚ ਅਗਰ ਟੂਰਿਸਟ ਬੀਚ 'ਤੇ ਆਉਣਾ ਚਾਹੁੰਦਾ ਤਾਂ ਉਹ ਮੈਕਸੀਮਮ ਟੂਰਿਸਟ ਇਸ ਬੀਚ 'ਤੇ ਆਉਂਦਾ ਬੀਚ 'ਤੇ ਜਾਣਾ ਉਹ ਨੀਚੇ ਜਾਏਗਾ ਅਗਰ ਕਿਸੇ ਨੇ ਬੀਚ ਦਾ ਵਿਊ ਲੈਣਾ ਤਾਂ ਇੱਥੇ ਆ ਕੇ ਬੀਚ ਦਾ ਵਿਊ ਲੈ ਸਕਦੇ ਇੱਥੋਂ ਪੂਰਾ ਸਿਟੀ ਵੀ ਦਿਸਦਾ ਜਿਹੜਾ ਸਿਟੀ ਹੈ ਪਹਿਲਾਂ ਰੋਮਨਸ ਦੇ ਅੰਡਰ ਸੀਗਾ ਅਤੇ ਰੋਮਨਸ ਤੋਂ ਮੂਰਸ ਨੇ ਇਸ ਨੂੰ ਜਿੱਤਿਆ ਔਰ ਉਸ ਤੋਂ ਬਾਅਦ ਮੂਰਸ ਨੇ ਇਸ ਨੂੰ ਦੇ ਦਿੱਤਾ ਮਿਲਟਰੀ ਨੂੰ ਫਿਰ ਇਹ ਮਿਲਟਰੀ ਦੇ ਅੰਡਰ ਰਿਹਾ ਬਹੁਤ ਟਾਈਮ ਔਰ ਉਸ ਤੋਂ ਬਾਅਦ ਇਹ ਜਦੋਂ ਇੰਡੀਪੈਂਡੈਂਸ ਮਿਲੀ 1504 ਦੇ ਵਿੱਚ ਔਰ ਉਸ ਤੋਂ ਬਾਅਦ ਇਹ ਫਿਸ਼ਿੰਗ ਵਿਲੇਜ ਲਈ ਹੀ ਫੇਮਸ ਹੋ ਗਿਆ ਪੁਰਤਗਾਲ ਦੇ ਵਿੱਚ ਸੋ ਲੋਕ ਇੱਥੇ ਆ ਕੇ ਮੇਨਲੀ ਫਿਸ਼ਿੰਗ ਹੀ ਕਰਦੇ ਸੀਗੇ ਇੱਥੇ ਬ੍ਰਿਟਿਸ਼ਰਸ ਬਹੁਤ ਜ਼ਿਆਦਾ ਰਹਿੰਦੇ ਨੇ ਇੱਥੇ ਨੇ ਇੱਥੇ ਸਾਰੇ ਹੀ ਇੰਗਲਿਸ਼ ਬੋਲਦੇ ਨੇ ਇਨਫੈਕਟ ਇੱਥੇ ਮੇਨ ਰੈਸਟੋਰੈਂਟ ਲਾਈਨ ਜਿਹੜੀ ਹੈ ਉਹ ਯੂਕੇ ਦੀ ਹੈ ਸੋ ਆ ਰਿਹਾ ਬੀਚ ਇਹ ਜੀ ਐਟਲਾਂਟਿਕ ਓਸ਼ਨ ਇਸ ਤੋਂ ਅੱਗੇ USA ਆ ਜੇ ਕਿਸੇ ਨੇ ਡੋਂਕੀ ਲਾਉਣੀ ਹੋਈ ਤਾਂ ਦੱਸਿਓ ਹੋਏ ਸਾਡੇ ਸਬਸਕ੍ਰਾਈਬਰ ਵੀ ਮਿਲ ਗਏ ਔਰ ਬੜਾ ਵਧੀਆ ਲੱਗਾ ਜਦੋਂ ਉਹਨਾਂ ਨੇ ਸਾਡੇ ਨਾਲ ਪਿਕਚਰਸ ਕਰਵਾਈਆਂ ਇਹ ਸਾਡੇ ਪਾਪਾ ਜੀ ਹੁਣੀ ਇਹ ਬਣਿਆ ਹੋਇਆ ਖੂਹਾ ਐਲਮੇਨਤ ਗਾਗੋ 1869 ਟੂ 1959 ਇਹ ਕੋਈ ਬੰਦੇ ਦੇ ਨਾਮ 'ਤੇ ਆ ਪਾਪਾ ਇਹ ਮੈਕਸੀਮਮ ਜਿਹੜੇ ਰੈਸਟੋਰੈਂਟ ਨੇ ਉਹ ਸੀਜ਼ਨਲ ਨੇ ਅਤੇ ਅਸੀਂ ਜਿੱਥੇ ਰਾਤੀ ਇੰਡੀਅਨ ਰੈਸਟੋਰੈਂਟ 'ਤੇ ਗਏ ਸੀ ਚਟਨੀ ਉਹ ਬਕਵਾਸ ਰੈਸਟੋਰੈਂਟ ਸੀ ਉਹਨਾਂ ਦਾ ਨਾ ਮੈਨੇਜਮੈਂਟ ਸੀ ਨਾ ਸਟਾਫ ਸੀ ਖਾਣਾ ਡੇਢ ਘੰਟੇ ਬਾਅਦ ਉਹਨਾਂ ਦਾ ਮੇਨ ਕੋਰਸ ਆਇਆ ਇਹ ਆ ਜੀ ਅਲਬੂ ਫੇਰੇ ਦੀ ਸਟਰੀਟ ਇੱਥੇ ਅਸੀਂ ਖਾਣਾ ਖਾਣ ਆਏ ਸੀ ਇੱਧਰ ਚਟਨੀ ਇੰਡੀਅਨ ਫੂਡ ਰੈਸਟੋਰੈਂਟ ਖਾਣਾ ਬਕਵਾਸ ਤੇਲ ਇੰਨਾ ਕਿ ਹੁਣ ਲਿਸਬਨ ਤੱਕ ਰਲੇ ਹੋਏ ਰਵਾਂਗੇ ਇੰਨਾ ਕੁ ਜ਼ਿਆਦਾ ਤੇਲ ਸੀ ਖਾਣੇ 'ਚ ਕੁੜੀਆਂ ਬਣੇ ਨੇ ਤੇ ਕੁੜੀਆਂ ਮੁੰਡੇ ਬਣੇ ਨੇ ਹਾਂ ਦੇਖਿਆ ਜੀ ਆਪਣੇ ਚੈਂਚਲ ਸਿੰਘ ਜੀ ਕਿੱਦਾਂ ਜੀ ਕੋਈ ਵਿਚਾਰ ਵਧੀਆ ਪਰਵਾਨਾ ਸਾਹਿਬ ਬਸ ਬੋਲੀ ਦਾ ਨਹੀਂ ਸੋਸ਼ਲ ਮੀਡੀਆ ਦਾ ਇਹ ਬੰਦਾ ਜਿਹੜਾ ਵਾ ਇਹ ਚਾਹੁੰਦਾ ਹੈ ਘੱਟੋ ਘੱਟ ਲੱਖ ਸਬਸਕ੍ਰਾਈਬਰ ਹੋਵੇ ਮੈਂ ਫਿਰ ਬੋਲਿਆ ਕਰਨਾ ਥੈਂਕ ਯੂ ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਵੀਡੀਓ ਨੂੰ ਲਾਈਕ ਕਰੋ ਬਾ ਬਾ ਬਾਕੀ ਇੱਥੇ ਇਸ ਟਾਈਮ ਜੇ ਲਿਸਬਨ ਦੇ ਨਾਲ ਕੰਪੇਅਰ ਕਰੋਗੇ ਮੌਸਮ ਉੱਥੇ ਤੁਹਾਨੂੰ ਜੈਕਟ ਦੀ ਲੋੜ ਪੈਂਦੀ ਹੈ ਇੱਥੇ ਜੈਕਟ ਵਗੈਰਾ ਦੀ ਕੋਈ ਲੋੜ ਨਹੀਂ ਹੈਗੀ ਇੱਥੇ ਟੈਂਪਰੇਚਰ ਬਹੁਤ ਵਧੀਆ ਟੂਰਿਸਟ ਆਉਣੇ ਸ਼ੁਰੂ ਹੋ ਗਏ ਆ ਐਂਡ ਮੇਰੇ ਖਿਆਲ ਨਾਲ ਤਾਂ ਇਸ ਟਾਈਮ ਆਉਣਾ ਇੱਥੇ ਵਧੀਆ ਆ ਬਾਕੀ ਲੋਕਾਂ ਦਾ ਆਪੋ ਆਪਣਾ ਟੇਸਟ ਸਾਹਮਣੇ ਬਿਲਡਿੰਗ ਦੇਖੋ ਉਹ ਲਿਫਟ ਹੈ ਔਰ ਉਸ ਲਿਫਟ ਤੋਂ ਤੁਸੀਂ ਨੀਚੇ ਬੀਚ ਐਕਸੈਸ ਲੈ ਸਕਦੇ ਹੋ
चुके हैं अलगारवे शॉपिंग मॉल, ये बार बार आ अलगारवे तो थोड़ा बहुत इतों समान जहा लेना सी चलते अंदर। कैमरामैन मनोज जोनवाल के साथ, अभी भी कोरोना खत्म नहीं हुआ, लोग मास्क नहीं पहन रहे। मास्क किधर है आपका? किधर है मास्क? किधर है मास्क? किधर है मास्क पहन। पेट पूजा अंदर तो सानू उन्होंने शूट नहीं कर दिता, अलाउड नहीं है, कहते कोई भी तुसी अंदर वीडियो नहीं बना सकते, पर इतने काफ़ी फूड ऑप्शनस ने। हम असं बाहर बैठे हुए हैं, देखो पिज़्ज़ा खाता जा रहा, इधर जूस पीते जा रहे हैं। आ वीर जी थोड़े थके थके तुम लग ही रहे होने, कमजोरी क्या हाल बना रखा है, कुछ लेते क्यों नहीं? बहुत कुछ लिया सर। Cowboy. Both? Nice. शॉपिंग ना तो राजू शूज पसंद आए थे, टायर्ड हो गए बहुत ज़्यादा। सानू चीज़ा छेती पसंद नहीं आती। पसंद आ भी जाए तो फिर फतेह राज पसंद कर नहीं दें तो असं तक टायर्ड हो जाने, फिर असी छड़ दें तो फतेह राज जी रोन लग गए ने, क्योंकि मॉल तो बहर नहीं आना चाहते। तो हूँ आप चले आबू फेरे तो बहर, तो फिर तुम मिलते हैं हाईवे से। जिहड़ा इस टाइम तो बहुत ज़्यादा पूरी दुनिया के चर्चा बनिया पाया न्यूज़, यूक्रेन तो रशिया की जी वॉर लगी हुई, एंड यूक्रेन के लोग आ देखो अपने लोगों लिए प्रेयर कर रहे हैं प्रीस्ट को कि ये वॉर जी ये रुकनी चाहिए आ। अपनी प्रेयर कर रहे ने प्रीस्ट दे नाल, तुसीं देख पा रहे हो मेरे पिछे। वॉर चंगी नहीं आ, इहदे च सब तो ज़्यादा नुकसान हुंदा सिविलियंस का, आर्मी आर्मी नाल लड़े समझ च आउंदा आ, बट जो इस टाइम यूक्रेन च हो रहा मेरी परसनल अपनी राय आ कि वह गलत आ, वह होना नहीं चाहिए। परसनल जिहड़े सिविलियंस ने उन्हां दा कोई कसूर नहीं है, चाहे वह रशिया दे ने चाहे यूक्रेन दे ने किसी दे भी ने, वह इस चीज़ दे हकदार क्यों? उन्होंने उपर बंब के सुट्टे जा रहे हैं, उन्होंने गोली क्यों मारी जा रही है? वो अपने वर्गे ही लोग ने। सो प्लीज़ सपोर्ट करो एंड इंसानियत को सपोर्ट करो, मैं नहीं कहता यूक्रेन सपोर्ट करो रशियन, इंसानियत को सपोर्ट करो जो अपने सब दे विच आ, और उस चीज़ दे आपां नूं खड़ना चाहिए आ। जे फार्मर प्रोटेस्ट होया सी अपने नाल दुनिया खड़ी आ, तो आपां नूं भी अज इंसानियत नाल खड़ना चाहिए आ।
हाँ जी असं पहुँच गए वापस घर, 2 घंटे लगे वापस आने ली। टोटल जर्नी जी अप डाउन आ 655 किलोमीटर पई इनकलूडिंग सागरस, सागरस तो अल्बुफेरा तो वापस फिर लिस्बन। 75 यूरो का साडा डीजल लगा, वह भी बच गया वो 21 यूरो 55 सेंट का टोल आ जाते तो सेम ही वापस आता, टोटल 43 यूरो का टोल आ। साडा एक्सपीरियंस खाने वालों वधिया नहीं रहा, क्योंकि पहले जो स्पेन गए उदों भी हुण भी एक बार खाना खाधा गया 48 घंटे बिकॉज ऑफ वैजीटेरियन। प्लीज़ चैनल नूं सबसक्राइब एंड शेयर करो एंड लाइक द वीडियो। जो भी तुहाडे कमेंट्स ने साडी वीडियोज़ बारे, जो कुछ वधिया होर एड ऑन करना, तुहाडा फीडबैक बहुत जरूरी आ। बाकी असं यूरोप दी अलग अलग कंट्रीज़ कवर करांगे, तो जे किसी मेरे वीर भरा नूं जां किसी नूं भी पुर्तगाल बारे इमीग्रेशन इनफॉर्मेशन चाहिए आ वह भी कमेंट करो, असं ट्राई करांगे तुहाडे लई एग्जैक्ट इनफॉर्मेशन लैके आईए एंड तुहानूं हैल्पफुल भी होवे। एंड सबसक्राइब द चैनल, शेयर द चैनल एंड नोटिफिकेशन जिहड़े बैल वाला है बटन प्लीज़ प्रेस करो, ताकि जदों भी असीं कोई नवीं वीडियो अपलोड करिए तुहानूं नाल दी नाल नोटिफिकेशन आ जाए और तुसीं साडी कोई भी वीडियो मिस ना करो। सो इह सी साडा व्लॉग एंड आस करते हैं तुहानूं वधिया लगा होगा। सो मिलते हैं नैक्सट व्लॉग च, रब रखा।